ਸਤੰਬਰ 2021 26 ਸਤੰਬਰ 2021 ਨੂੰ ਟੈਸਟ ਹੋ ਰਿਹਾ ਸਾਰੇ ਪੰਜਾਬ 'ਚ। ਚਾਰ ਸਲੋਟ ਨੇ, ਇਹਦਾ ਟਾਈਮਿੰਗ ਹੈਗਾ। ਪਹਿਲਾ ਟੈਸਟ ਹੋਊਗਾ 10 ਵਜੇ ਤੋਂ ਲੈ ਕੇ 12 ਵਜੇ ਤੱਕ, ਦੂਸਰਾ 3 ਵਜੇ ਤੋਂ 5 ਵਜੇ ਤੱਕ, ਅਤੇ 9:30 ਵਜੇ ਐਂਟਰੀ ਬੰਦ ਹੋ ਜਾਣੀ। ਅੱਧਾ ਘੰਟਾ ਟੈਸਟ ਤੋਂ ਪਹਿਲਾਂ ਉਮੀਦਵਾਰਾਂ ਦੀ ਐਂਟਰੀ ਸੈਂਟਰ 'ਚ ਬੰਦ ਹੋ ਜਾਣੀ। ਉਹਨਾਂ ਦੇ CCTV ਕੈਮਰੇ ਲਗਾਏ ਹੋਏ ਨੇ, ਜੈਮਰ ਲਗਾਏ ਜਾਣਗੇ, ਲਾ ਰਹੇ ਹਾਂ ਅਸੀਂ। ਸੋ ਹਰ ਤਰ੍ਹਾਂ ਦਾ ਪੂਰਾ ਸਿਕਿਉਰਿਟੀ ਬੰਦੋਬਸਤ ਆ ਸਾਡਾ। ਇੱਕ ਤਾਂ ਆਪਣਾ ਐਡਮਿਟ ਕਾਰਡ ਲੈ ਕੇ ਆਉਣ, ਨੰਬਰ 2 ਆਪਣਾ ਇੱਕ ਆਇਡੈਂਟੀ ਕਾਰਡ ਲੈ ਕੇ ਆਉਣ ਜਿਹਦੇ ਵਿੱਚ ਡਰਾਈਵਿੰਗ ਲਾਇਸੈਂਸ, ਆਧਾਰ ਕਾਰਡ, ਪੈਨ ਕਾਰਡ, ਵੋਟਰ ਕਾਰਡ, ਕੋਈ ਵੀ ਇੱਕ ਪਰੂਫ ਹੋ ਸਕਦਾ। ਅਤੇ ਨੰਬਰ 3 'ਤੇ ਇੱਕ ਆਪਣੀ ਕਲਰ ਪਾਸਪੋਰਟ ਸਾਈਜ਼ ਫੋਟੋ ਲੈ ਕੇ ਆਉਣ। ਇਹਨਾਂ ਤਿੰਨਾਂ ਡਾਕੂਮੈਂਟ ਤੋਂ ਬਿਨਾਂ ਹੋਰ ਕੁਛ ਨਾ ਲੈ ਕੇ ਆਉਣ। ਆਪਣਾ ਮੋਬਾਈਲ ਫੋਨ ਨਾ ਲੈ ਕੇ ਆਉਣ, ਘੜੀ ਨਾ ਲਾ ਕੇ ਆਉਣ, ਕੋਈ ਜਵੈਲਰੀ ਨਾ ਪਹਿਨਣ, ਬੈਲਟ ਨਾ ਲਾਉਣ। 25 ਅਤੇ 26 ਤਰੀਕ ਨੂੰ ਪੰਜਾਬ ਪੁਲਿਸ ਦੇ ਇਗਜ਼ਾਮ ਹੋਣ ਜਾ ਰਹੇ ਨੇ, ਅਤੇ ਜੇਕਰ ਗੱਲ ਕੀਤੀ ਜਾਵੇ ਇਸ ਦੌਰਾਨ ਜੋ ਪ੍ਰੀਖਿਆਰਥੀ ਨੇ ਉਹਨਾਂ ਲਈ ਕੁਛ ਨਿਰਦੇਸ਼ ਜਾਰੀ ਕੀਤੇ ਗਏ ਨੇ, ਕਿਉਂਕਿ ਪੰਜਾਬ ਭਰ ਵਿੱਚ ਦੱਸਿਆ ਜਾ ਰਿਹਾ ਕਿ ਇਗਜ਼ਾਮ ਹੋਣੇ ਨੇ, ਅਤੇ ਵੱਡੀ ਗਿਣਤੀ ਵਿੱਚ ਨੌਜਵਾਨ ਲੜਕੇ ਅਤੇ ਲੜਕੀਆਂ ਨੇ ਇਹਨਾਂ ਵਿੱਚ ਹਿੱਸਾ ਲੈਣਾ ਹੈ। ਸਾਡੇ ਨਾਲ ਕੁਲਦੀਪ ਸਿੰਘ ਸੋਹੀ ਜੀ ਮੌਜੂਦ ਨੇ, SP ਸਾਹਿਬ ਨੇ। ਸਰ, ਸਭ ਤੋਂ ਪਹਿਲੇ ਨਿਰਦੇਸ਼ ਜਾਣਨਾ ਚਾਹਾਂ, ਕਿਉਂਕਿ ਬਹੁਤ ਸਾਰੇ ਬੱਚੇ ਨੇ ਜੋ ਪਹਿਲੇ ਵਾਰ ਇਗਜ਼ਾਮ ਦੇ ਰਹੇ ਹੋਣੇ ਇਸ ਤਰੀਕੇ ਦਾ, ਨਿਰਦੇਸ਼ ਕਿਸ ਤਰੀਕੇ ਦੇ ਨੇ? ਪੰਜਾਬ ਪੁਲਿਸ 'ਚ ਜ਼ਿਲ੍ਹਾ ਅਤੇ ਆਰਮਡ ਕੇਡਰ 'ਚ ਸਿਪਾਹੀ ਰੈਂਕ ਦੀ ਭਰਤੀ ਹੋ ਰਹੀ ਆ। ਸੈਂਟਰਲ ਬੋਰਡ ਬਣਿਆ ਹੋਇਆ, ਮੈਡਮ ਗੁਰਪ੍ਰੀਤ ਦਿਓ ਜੀ ਮਾਨਯੋਗ ADGP ਸਾਹਿਬ ਸਾਡੇ ਚੇਅਰਮੈਨ ਨੇ, ਫਿਰ ਉਹਨਾਂ ਦੀ ਸਹਾਇਤਾ ਲਈ ਜ਼ਿਲ੍ਹੇ ਦੇ ਬੋਰਡ ਬਣੇ ਹੋਏ ਨੇ, ਮਾਨਯੋਗ SSP ਸਾਹਿਬ ਆਪਣੇ ਚੇਅਰਮੈਨ ਨੇ, ਮੈਂ ਨੋਡਲ ਅਫਸਰ ਹਾਂ। ਸੋ 25 ਅਤੇ 26 ਤਰੀਕ ਨੂੰ, 25 ਸਤੰਬਰ 2021, 26 ਸਤੰਬਰ 2021 ਨੂੰ ਟੈਸਟ ਹੋ ਰਿਹਾ ਸਾਰੇ ਪੰਜਾਬ 'ਚ। ਚਾਰ ਸਲੋਟ ਨੇ, ਇਹਦਾ ਟਾਈਮਿੰਗ ਹੈਗਾ। ਪਹਿਲਾ ਟੈਸਟ ਹੋਊਗਾ 10 ਵਜੇ ਤੋਂ ਲੈ ਕੇ 12 ਵਜੇ ਤੱਕ, ਦੂਸਰਾ 3 ਵਜੇ ਤੋਂ 5 ਵਜੇ ਤੱਕ, ਸੇਮ 26 ਤਰੀਕ ਨੂੰ ਹੈ। ਐਂਟਰੀ ਟਾਈਮ ਆ ਵੀ 8 ਵਜੇ ਤੋਂ ਸ਼ੁਰੂ ਹੋ ਜਾਣੀ ਐਂਟਰੀ, ਅਤੇ 9:30 ਵਜੇ ਐਂਟਰੀ ਬੰਦ ਹੋ ਜਾਣੀ ਆ। ਅੱਧਾ ਘੰਟਾ ਟੈਸਟ ਤੋਂ ਪਹਿਲਾਂ ਉਮੀਦਵਾਰਾਂ ਦੀ ਐਂਟਰੀ ਸੈਂਟਰ 'ਚ ਬੰਦ ਹੋ ਜਾਣੀ ਹੈ। ਸੋ ਇਸ ਵਾਸਤੇ ਅਸੀਂ ਪੁਖਤਾ ਇੰਤਜ਼ਾਮ ਕੀਤੇ ਨੇ, ਹਰ ਤਰ੍ਹਾਂ ਦੇ CCTV ਕੈਮਰੇ ਲਗਾਏ ਹੋਏ ਨੇ, ਜੈਮਰ ਲਗਾਏ ਜਾਣਗੇ, ਲਾ ਰਹੇ ਹਾਂ ਅਸੀਂ। ਸੋ ਹਰ ਤਰ੍ਹਾਂ ਦਾ ਪੂਰਾ ਸਿਕਿਉਰਿਟੀ ਬੰਦੋਬਸਤ ਆ ਸਾਡਾ। ਲੇਕਿਨ ਅਸੀਂ ਆਪ ਦੇ ਮਾਧਿਅਮ ਰਾਹੀਂ ਇੱਕ ਅਪੀਲ ਉਮੀਦਵਾਰਾਂ ਨੂੰ ਕਰਨੀ ਚਾਹੁੰਦੇ ਹਾਂ। ਪਿਛਲੇ ਸਮੇਂ 'ਚ ਦੇਖਣ 'ਚ ਆਇਆ, ਕਈ ਵਾਰੀ ਟੈਸਟਾਂ ਜਦੋਂ ਆਪਣੇ ਉਮੀਦਵਾਰ ਬੱਚੇ ਜਾਂਦੇ ਨੇ ਤਾਂ ਉਹ ਕਈ ਪ੍ਰਤੀਬੰਧਿਤ ਚੀਜ਼ਾਂ ਲੈ ਜਾਂਦੇ ਨੇ ਜਿਹੜੀਆਂ ਐਗਜ਼ਾਮੀਨੇਸ਼ਨ ਸੈਂਟਰ 'ਚ ਲਿਜਾਣ ਦੀ ਆਗਿਆ ਨਹੀਂ ਹੁੰਦੀ। ਸੋ ਉੱਥੇ ਬਾਹਰ ਫਿਰ ਉਹਨਾਂ ਨੂੰ ਰੱਖਣ 'ਚ ਸੁਵਿਧਾ ਨਹੀਂ ਹੁੰਦੀ, ਅਤੇ ਕਈ ਵਾਰੀ ਉਹਨਾਂ ਦਾ ਟਾਈਮ ਵੀ ਖਰਾਬ ਹੁੰਦਾ। ਸੋ ਇਸ ਵਾਸਤੇ ਅਸੀਂ ਆਪ ਨੂੰ ਅਪੀਲ ਕਰਦੇ ਹਾਂ ਕਿ ਸਾਰੇ ਉਮੀਦਵਾਰ, ਨੰਬਰ 1 ਤਾਂ ਆਪਣਾ ਐਡਮਿਟ ਕਾਰਡ ਲੈ ਕੇ ਆਉਣ, ਨੰਬਰ 2 ਆਪਣਾ ਇੱਕ ਆਇਡੈਂਟੀ ਕਾਰਡ ਲੈ ਕੇ ਆਉਣ ਜਿਹਦੇ ਵਿੱਚ ਡਰਾਈਵਿੰਗ ਲਾਇਸੈਂਸ, ਆਧਾਰ ਕਾਰਡ, ਪੈਨ ਕਾਰਡ, ਵੋਟਰ ਕਾਰਡ, ਕੋਈ ਵੀ ਇੱਕ ਪਰੂਫ ਹੋ ਸਕਦਾ। ਅਤੇ ਨੰਬਰ 3 'ਤੇ ਇੱਕ ਆਪਣੀ ਕਲਰ ਪਾਸਪੋਰਟ ਸਾਈਜ਼ ਫੋਟੋ ਲੈ ਕੇ ਆਉਣ। ਇਹਨਾਂ ਤਿੰਨਾਂ ਡਾਕੂਮੈਂਟ ਤੋਂ ਬਿਨਾਂ ਹੋਰ ਕੁਛ ਨਾ ਲੈ ਕੇ ਆਉਣ। ਆਪਣਾ ਮੋਬਾਈਲ ਫੋਨ ਨਾ ਲੈ ਕੇ ਆਉਣ, ਘੜੀ ਨਾ ਲਾ ਕੇ ਆਉਣ, ਕੋਈ ਜਵੈਲਰੀ ਨਾ ਪਹਿਨਣ, ਬੈਲਟ ਨਾ ਲਾਉਣ, ਮੋਟੀ ਸੋਲ ਵਾਲੇ ਬੂਟ ਨਾ ਪਹਿਨਣ, ਵੱਡੇ ਵੱਡੇ ਬਟਨਾਂ ਵਾਲੇ ਬਸਤਰ ਨਾ ਪਹਿਨਣ, ਅਤੇ ਕੋਈ ਬੈਗ ਨਾ ਲੈ ਕੇ ਆਉਣ, ਕੋਈ ਖਾਣ ਪੀਣ ਵਾਲਾ ਸਮਾਨ ਨਾ ਲੈ ਕੇ ਆਉਣ, ਇਸ ਤਰ੍ਹਾਂ ਦੀ ਕੋਈ ਚੀਜ਼ ਨਾ ਲੈ ਕੇ ਆਉਣ। ਇਹਦੇ ਨਾਲ ਉਹਨਾਂ ਨੂੰ ਵੀ ਅਸੁਵਿਧਾ ਹੋਊਗੀ ਅਤੇ ਹੋਰ ਲੋਕਾਂ ਨੂੰ ਵੀ ਟਾਈਮ ਖਰਾਬ ਹੁੰਦਾ। ਸੋ ਤਾਂ ਕਿ ਸਮੂਥ ਪ੍ਰੋਸੈਸ ਹੋ ਸਕੇ, ਇਮਾਨਦਾਰੀ ਨਾਲ, ਪਾਰਦਰਸ਼ਤਾ ਨਾਲ, ਸਮੇਂ ਸਿਰ ਇਹ ਪ੍ਰੀਖਿਆ ਹੋ ਸਕੇ, ਅਤੇ ਪੰਜਾਬ ਪੁਲਿਸ 'ਚ ਅੱਛੇ ਕਿਰਦਾਰ ਵਾਲੇ, ਇਮਾਨਦਾਰ, ਇੰਟੈਲੀਜੈਂਟ ਬੱਚੇ ਭਰਤੀ ਹੋ ਸਕਣ। ਸਰ, ਅਕਸਰ ਵੇਖਿਆ ਜਾਂਦਾ ਕਿ ਕੁਛ ਅਪਰਾਧਿਕ ਕਿਸਮ ਦੇ ਲੋਕ ਹੁੰਦੇ ਨੇ ਜੋ ਇਹੋ ਜਿਹੇ ਮੌਕੇ ਤਲਾਸ਼ਦੇ ਰਹਿੰਦੇ ਨੇ, ਅਤੇ ਕਈ ਵਾਰ ਭੋਲੇ ਭਾਲੇ ਬੱਚੇ ਵੀ ਇਹਨਾਂ ਦੀ ਗ੍ਰਿਫਤ ਵਿੱਚ ਆ ਜਾਂਦੇ ਨੇ, ਇਹਨਾਂ ਸ਼ਿਕੰਜੇ ਵਿੱਚ ਆ ਜਾਂਦੇ ਨੇ। ਤਾਂ ਜੇਕਰ ਕਿਸੇ ਬੱਚੇ ਨਾਲ ਜਾਂ ਕਿਸੇ ਵਿਅਕਤੀ ਨਾਲ ਕੋਈ ਇਹੋ ਜਿਹੀ ਕੋਈ ਕੋਸ਼ਿਸ਼ ਕਰਦਾ, ਉਹਨੂੰ ਭਰਮਾਉਣ ਦਾ ਲਾਲਚ ਦਿੰਦਾ ਹੈ ਕਿ ਤੁਹਾਡੀ ਭਰਤੀ ਕਰਵਾ ਜੇ, ਆਮ ਤੌਰ 'ਤੇ ਮਾਮਲੇ ਆਉਂਦੇ ਇਸ ਤਰੀਕੇ ਦੇ, ਤਾਂ ਉਹਨਾਂ ਦੇ ਲਈ ਕਿਸ ਤਰੀਕੇ ਦਾ ਮੈਸੇਜ ਹੈ, ਕਿਸ ਤਰੀਕੇ ਸੰਦੇਸ਼? ਅਸੀਂ ਸੋਸ਼ਲ ਮੀਡੀਆ 'ਤੇ ਵੀ ਵਾਇਰਲ ਮੈਸੇਜ ਪਾਏ ਹੋਏ ਨੇ, ਅਤੇ ਆਪ ਦੇ ਮਾਧਿਅਮ ਰਾਹੀਂ ਵੀ ਅਸੀਂ, ਸਾਡਾ ਕੰਟਰੋਲ ਰੂਮ ਦਾ ਨੰਬਰ ਵੀ ਜਾਰੀ ਕੀਤਾ, ਹੁਣ ਕਰ ਰਹੇ ਹਾਂ ਦੁਬਾਰਾ, 7527171 ਨੰਬਰ ਹੈ। ਅਤੇ ਅਗਰ ਕਿਸੇ ਵੀ ਤਰ੍ਹਾਂ ਦੀ ਕਿਸੇ ਨੂੰ ਬੱਚੇ ਨੂੰ ਕੋਈ ਪ੍ਰੋਬਲਮ ਆਉਂਦੀ ਹੈ ਜਾਂ ਕੋਈ ਡਾਊਟ ਜਾਂ ਕੋਈ ਸ਼ਰਾਰਤੀ ਅਨਸਰ, ਉਹਨਾਂ ਨਾਲ ਕੋਈ ਕੰਟੈਕਟ ਕਰਦਾ ਜਾਂ ਉਹਨਾਂ ਨੂੰ ਭਰਮਾਉਂਦਾ ਹੈ, ਤਾਂ ਉਹ ਤੁਰੰਤ ਸਾਡੇ ਨਾਲ ਸੰਪਰਕ ਕਰਨ, ਕਿਉਂਕਿ ਪ੍ਰੀਖਿਆ ਪੂਰੀ ਤਰ੍ਹਾਂ ਪਾਰਦਰਸ਼ੀ ਹੋਣੀ ਆ, ਇਮਾਨਦਾਰੀ ਨਾਲ ਹੋਣੀ ਆ, ਇਹ 'ਚ ਕਿਸੇ ਤਰ੍ਹਾਂ ਦਾ ਕੋਈ ਕਰਪਟ ਪ੍ਰੈਕਟਿਸ ਨਹੀਂ ਹੋਣੀ, ਨਾ ਹੀ ਕੋਈ ਟੋਲਰੇਟ ਕੀਤੀ ਜਾਊਗੀ। ਅਗਰ ਕੋਈ ਵੀ ਪਾਇਆ ਗਿਆ ਤਾਂ ਉਹ 'ਤੇ ਸਖਤ ਕਾਨੂੰਨੀ ਕਾਰਵਾਈ ਕੀਤੀ ਜਾਊਗੀ। ਸਰ, ਕਾਫੀ ਲੜਕੇ ਲੜਕੀਆਂ ਆਉਣਗੇ ਵਿਸ਼ੇਸ਼ ਤੌਰ 'ਤੇ, ਅਤੇ ਸਿਕਿਉਰਿਟੀ ਗੱਲ ਕਰ ਲੈਂਦੇ ਆਪਾਂ, ਅਤੇ ਪੂਰੀ ਮੈਨੇਜਮੈਂਟ ਕਿਸ ਤਰੀਕੇ ਦੀ ਰੱਖੀ ਗਈ ਹੈ? ਕਿਉਂਕਿ ਕਈ ਵਾਰ ਹੁੰਦਾ ਕਿ
ਵੀ ਬੱਚੇ ਬਾਹਰ ਹੀ ਅਟਕ ਜਾਂਦੇ ਨੇ, ਕੋਈ ਨਾ ਕੋਈ ਇਹੋ ਜਿਹੀ ਚੀਜ਼ ਲਿਆਉਂਦੇ ਨੇ ਜਿਹਦੇ ਕਰਕੇ ਉਹਨਾਂ ਨੂੰ ਮੁਸ਼ਕਿਲ ਸਾਹਮਣਾ ਕਰਨਾ ਪੈਂਦਾ ਹੈ। ਕਈ ਲੜਕੀਆਂ ਹੋਣਗੀਆਂ, ਕਈ ਲੜਕੇ ਹੋਣਗੇ ਜਿਹੜੇ ਪਹਿਲੀ ਵਾਰ ਦੂਰ ਦੁਰਾਡੇ ਤੋਂ ਆਉਣਗੇ, ਉਹ ਕਿਸ ਤਰੀਕੇ ਨਾਲ ਹੋਵੇਗਾ ਸਾਰਾ? ਇਸੇ ਵਾਸਤੇ ਅਸੀਂ ਆਪ ਦੀਆਂ ਸੇਵਾਵਾਂ ਲੈ ਰਹੇ ਹਾਂ, ਆਪ ਦੇ ਮੀਡੀਅਮ ਮਾਧਿਅਮ ਰਾਹੀਂ ਅਸੀਂ ਲੋਕਾਂ ਨੂੰ ਅਪੀਲ ਕਰਦੇ ਹਾਂ ਕਿ ਉਹ ਸਾਰੀਆਂ ਇੰਸਟਰਕਸ਼ਨਾਂ ਪਹਿਲਾਂ ਪੜ੍ਹ ਲੈਣ, ਉਹਨਾਂ ਨੂੰ ਮਿਲ ਗਈਆਂ, ਐਡਮਿਟ ਕਾਰਡ ਅਸੀਂ ਆਸ ਕਰਦੇ ਹਾਂ ਜਾਰੀ ਹੋਏ ਨੇ ਅਤੇ ਉਹਨਾਂ ਨੇ ਡਾਊਨਲੋਡ ਕਰ ਲਏ ਨੇ ਅਤੇ ਉਹਦੇ ਵਿੱਚ ਸਾਰੀਆਂ ਇੰਸਟਰਕਸ਼ਨਾਂ ਇਹ ਲਿਖੀਆਂ ਹੋਈਆਂ ਨੇ, ਉਹ ਡਿਟੇਲ 'ਚ ਪੜ੍ਹ ਲੈਣ ਅਤੇ ਸਮੇਂ ਸਿਰ ਪਹੁੰਚਣ ਦੀ ਕਿਰਪਾਲਤਾ ਕਰਨ। ਇਹਦੇ ਨਾਲ ਹੀ ਅਸੀਂ ਦੱਸਦੇ ਹਾਂ ਵੀ ਸਿਕਿਉਰਿਟੀ ਦੇ ਅਸੀਂ ਪੁਖਤਾ ਇੰਤਜ਼ਾਮ ਕੀਤੇ ਹੋਏ ਨੇ ਹਰੇਕ ਸੈਂਟਰ 'ਤੇ ਅਤੇ ਪੂਰੇ ਜ਼ਿਲ੍ਹੇ 'ਚ। ਸੋ ਇਹਦੇ ਨਾਲ ਹੀ ਅਸੀਂ ਤੁਹਾਡੇ ਮਾਧਿਅਮ ਨੂੰ ਇਹ ਵੀ ਅਪੀਲ ਕਰਦੇ ਹਾਂ ਆਮ ਲੋਕਾਂ ਨੂੰ ਕਿ ਉਸ ਦਿਨ ਐਗਜ਼ਾਮੀਨੇਸ਼ਨ ਸੈਂਟਰ ਆਪਣੇ ਜ਼ਿਲ੍ਹੇ 'ਚ 8 ਨੇ ਫਰੀਦਕੋਟ 'ਚ, ਅਤੇ ਟ੍ਰੈਫਿਕ ਦੀ ਅਸੀਂ ਪੂਰੇ ਬੰਦੋਬਸਤ ਕੀਤੇ ਹੋਏ ਨੇ, ਫਿਰ ਵੀ ਉਹ ਉਸ ਰਸਤਿਆਂ ਨੂੰ ਅਪਣਾਉਣ ਤੋਂ ਥੋੜ੍ਹਾ ਜਿਹਾ ਗਰੇਜ਼ ਕਰਦੇ ਹੋਏ ਸਾਡੇ ਨਾਲ ਸਾਥ ਦੇਣ, ਅਤੇ ਅਗਰ ਉਹਨਾਂ ਦੀ ਮੂਵਮੈਂਟ ਕਰਟੇਲ ਹੋ ਸਕਦੀ ਆ ਤਾਂ ਉਹ ਸੀਮਿਤ ਕਰਨ, ਅਤੇ ਅਗਰ ਕੋਈ ਜ਼ਰੂਰੀ ਆ ਅਲਟਰਨੇਟਿਵ ਰੂਟ ਲੈ ਲੈਣ, ਅਗਰ ਨਹੀਂ ਲੈ ਸਕਦੇ ਉੱਥੋਂ ਦੀ ਆਉਣਾ ਤਾਂ ਵੀ ਸਾਨੂੰ ਕੋਈ ਸਮੱਸਿਆ ਨਹੀਂ, ਸਾਡਾ ਸਾਥ ਦੇਣ, ਸਾਡੇ ਪੂਰੇ ਬੰਦੋਬਸਤ ਕੀਤੇ ਹੋਏ ਨੇ, ਸਮੂਥ ਟ੍ਰੈਫਿਕ ਚੱਲੂਗਾ। ਸੋਈ ਸਾਹਿਬ ਸਾਡੇ ਨਾਲ ਮੌਜੂਦ ਸੀਗੇ, ਵਿਸ਼ੇਸ਼ ਤੌਰ 'ਤੇ ਇਹ ਜਾਣਕਾਰੀ ਉਹਨਾਂ ਸਾਰੇ ਬੱਚਿਆਂ ਲਈ ਸੀਗੀ ਜਿਨ੍ਹਾਂ ਬੱਚਿਆਂ ਨੇ ਇਸ ਦੌਰਾਨ ਪ੍ਰੀਖਿਆ ਦੇਣੀ ਹੈ, ਪੇਪਰ ਦੇਣਾ ਹੈ, ਤਾਂ ਸਿੱਧੇ ਤੌਰ 'ਤੇ ਜੋ ਪ੍ਰਤੀਬੰਧਿਤ ਚੀਜ਼ਾਂ ਨੇ ਉਹਨਾਂ ਦੀ ਮਨਾਹੀ ਕੀਤੀ ਗਈ ਹੈ, ਅਤੇ ਆਪਦਾ ਬੰਦੋਬਸਤ ਬੱਚੇ ਕਰਕੇ ਆਉਣ ਕੇ ਜੇਕਰ ਉਹਨਾਂ ਕੋਲ ਕੁਛ ਹੈ ਇਹੋ ਚੀਜ਼ ਤਾਂ ਉਹ ਜਾਂ ਤਾਂ ਪਹਿਲੇ ਹੀ ਪਾਸੇ ਰੱਖਣ ਜਾਂ ਆਪਣੇ ਨਾਲ ਕਿਸੇ ਇਹੋ ਜਿਹੇ ਨੂੰ ਲੈ ਕੇ ਆਉਣ ਜੋ ਉਹਨਾਂ ਦੇ ਸਮਾਨ ਜੋ ਉਹਨਾਂ ਦਾ ਸੰਭਾਲ ਸਕੇ, ਤਾਂ ਇਹ ਪ੍ਰੀਖਿਆ ਦੱਸਿਆ ਜਾ ਰਿਹਾ ਕਿ ਪੂਰੇ ਤਰੀਕੇ ਨਾਲ ਪਾਰਦਰਸ਼ੀ ਰਹਿਣ ਵਾਲੀ ਹੈ। ਫਿਲਹਾਲ ਵੇਖਦੇ ਹਾਂ ਕਿ ਪ੍ਰੀਖਿਆ ਕਿਸ ਤਰੀਕੇ ਦੀ ਹੋਵੇਗੀ। ਫਰੀਦਕੋਟ ਤੋਂ ਕੈਮਰਾ ਪਰਸਨ ਰਾਜੇਸ਼ ਬਾਗੜੀ ਦੇ ਨਾਲ ਸੂਰਜ ਪ੍ਰਕਾਸ਼, ਦੈਨਿਕ ਸਵੇਰਾ ਟੀਵੀ। ਅਲੀਸ਼ਾ ਬੇਗਮ, ਇੱਕ ਔਰਤ ਦਾ ਦੁੱਖ ਇੱਕ ਔਰਤ ਹੀ ਸਮਝ ਸਕਦੀ ਹੈ, ਰੂਹਾਨੀ ਅਤੇ ਕਾਲੀ ਸ਼ਕਤੀਆਂ ਦੀ ਮਾਲਕਣ, ਦੁਨੀਆ ਦਾ ਸਭ ਤੋਂ ਚਮਤਕਾਰੀ ਇਲਮ ਮੇਰੇ ਕੋਲ ਹੈ, ਮੇਰੇ ਕੀਤੇ ਨੂੰ ਕੋਈ ਕੱਟ ਨਹੀਂ ਸਕਦਾ, ਕਾਲਾ ਇਲਮ ਕਰਨਾ ਅਤੇ ਤੋੜਨਾ ਹਰ ਇੱਕ ਦੇ ਵੱਸ ਦੀ ਗੱਲ ਨਹੀਂ, ਪਰੇਸ਼ਾਨੀ ਜਿਵੇਂ ਲਵ ਮੈਰਿਜ, ਪਤੀ ਪਤਨੀ 'ਚ ਝਗੜਾ, ਸੌਤਨ ਦੁਸ਼ਮਣ ਤੋਂ ਛੁਟਕਾਰਾ, ਤਲਾਕ ਕੇਸ, ਬੁਰੇ ਸੁਪਨੇ, ਵਿਦੇਸ਼ ਯਾਤਰਾ, ਬੁਰੀ ਸੰਗਤ ਜਾਂ ਨਸ਼ਾ ਛੁਡਾਉਣਾ, ਬਿਮਾਰੀ 'ਚ ਦਵਾ ਨਾ ਲੱਗਣਾ, ਵਸ਼ੀਕਰਨ ਇੱਕ ਸੱਚਾਈ ਹੈ, ਵਸ਼ੀਕਰਨ ਕਰਵਾਓ, ਮਨ ਚਾਹ ਪਿਆਰ ਪਾਓ, ਕੀ ਤੁਹਾਡੀ ਕਿਸਮਤ 'ਚ ਲੋਟਰੀ ਦਾ ਯੋਗ ਹੈ ਜਾਂ ਨਹੀਂ, ਸੱਚਾਈ ਜਾਣੋ, ਲੋਟਰੀ ਨੰਬਰ ਪਾਓ ਭਾਵੇਂ 649 ਹੋਵੇ ਜਾਂ ਲੋਟੋਮੈਕਸ, 11 ਘੰਟੇ 'ਚ ਕਰਵਾਓ ਹਰ ਪਰੇਸ਼ਾਨੀ ਦਾ ਹੱਲ ਘਰ ਬੈਠੇ, ਅਸ਼ਟਾਮ ਪੇਪਰ 'ਤੇ ਲਿਖ ਕੇ ਲਵੋ ਕੰਮ ਦੀ ਗਰੰਟੀ, ਜਾਂ ਕਹਿਣੇ ਤੋਂ ਬਾਹਰ ਹੈ ਤੁਰੰਤ ਸੰਪਰਕ ਕਰੋ, ਤੁਹਾਡੀ ਹਰ ਗੱਲ ਗੁਪਤ ਰੱਖੀ ਜਾਵੇਗੀ। ਅਲੀਸ਼ਾ ਬੇਗਮ। ਵਰਲਡ ਫੇਮਸ ਬਾਬਾ ਸਲੀਮ ਖਾਨ 21 ਵਾਰ ਗੋਲਡ ਮੈਡਲਿਸਟ, ਸਾਰੀਆਂ ਥਾਵਾਂ ਤੋਂ ਨਿਰਾਸ਼ ਅਤੇ ਮਾਯੂਸ ਹੋਣ ਵਾਲੇ, ਇੱਕ ਵਾਰ ਫੋਨ ਜ਼ਰੂਰ ਕਰੋ, ਜਿਵੇਂ ਚਾਹੋਗੇ ਉਵੇਂ ਹੋਏਗਾ, ਇਟਸ ਮਾਈ ਪ੍ਰੋਮਿਸ, ਇਮੀਡੀਏਟਲੀ ਰਿਜ਼ਲਟ, ਓਪਨ ਚੈਲੰਜ, ਇਲਮਾਂ ਦੇ ਮਾਹਿਰ, ਏ ਟੂ ਜ਼ੈਡ ਸਮੱਸਿਆਵਾਂ ਦਾ ਫੋਨ 'ਤੇ ਘਰ ਬੈਠੇ ਕਰਵਾਓ ਹੱਲ, ਵਸ਼ੀਕਰਨ ਅਤੇ ਮੁੱਠ ਕਰਨੀ, ਲਵ ਮੈਰਿਜ, ਸੌਤਨ ਅਤੇ ਦੁਸ਼ਮਣ ਤੋਂ ਛੁਟਕਾਰਾ, ਪੱਕਾ ਕੰਮ ਪੱਕਾ ਹੱਲ, 101% ਗਰੰਟੀ, ਅਸ਼ਟਾਮ ਪੇਪਰ ਸਮੇਤ ਸਭ ਤੋਂ ਪਹਿਲਾਂ ਕੰਮ ਕਰਨ ਦਾ ਵਾਅਦਾ, ਨੌਕਰੀ, ਪ੍ਰਮੋਸ਼ਨ, ਕਾਰੋਬਾਰ 'ਚ ਪਰੇਸ਼ਾਨੀ, ਘਰ 'ਚ ਝਗੜਾ, ਕੋਰਟ ਕੇਸ, ਤਲਾਕ, ਪ੍ਰਾਪਰਟੀ ਝਗੜਾ, ਪਤੀ ਪਤਨੀ ਚਨਪਨ, ਜਦ ਉਟੋਨਾ, ਮਨਮੋਹਣੀ ਵਸ਼ੀਕਰਨ ਕਰਵਾਓ ਜਾਂ ਤੁੜਵਾਓ, ਰੁੱਸੇ ਨੂੰ ਮਨਾਉਣਾ, ਹੁਣੇ ਕਾਲ ਕਰੋ ਬਾਬਾ ਸਲੀਮ ਖਾਨ, 98 199 37 467।